ਘਰ ਦੇ ਵਿੱਚ ਵੜ ਕੇ ਇੱਕ ਮੁੰਡੇ ਦਾ ਕਤਲ ਛੜਾਓ ਕੀਤਾ ਗਿਆ ਤਾਂ ਪਿੰਡ ਦੇ ਬੰਦੇ ਦੇ ਵੱਲੋਂ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਤਾਂ ਦੱਸਿਆ ਜਾ ਰਿਹਾ ਹੈ ਕਿ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਇਹ ਬੰਦਾ ਸੀ ਜਿਹੜਾ ਕਿ ਦੇਰ ਰਾਤ ਮ੍ਰਿਤਕ ਦੇ ਘਰ ਦਾਖਲ ਹੁੰਦਾ। ਦਾਖਲ ਹੋਣ ਤੋਂ ਬਾਅਦ ਮ੍ਰਿਤਕ ਦੀ ਬੁਰੀ ਤਰ੍ਹਾਂ ਕੁੱਟਮਾਰ ਜਿਹੜੀ ਉਹ ਕਰਦਾ, ਜਿਸ ਕਰਕੇ ਉਸਦੀ ਮੌਤ ਆ ਜਿਹੜੀ ਉਹ ਹੋ ਜਾਂਦੀ ਹੈ। ਤਾਂ ਪਿੰਡ ਦੇ ਬੰਦੇ ਦੇ ਵੱਲੋਂ ਇੱਕ ਮੁੰਡੇ ਦਾ ਕਤਲ ਹੈ ਜਿਹੜਾ ਘਰ ਦੇ ਵਿੱਚ ਵੜ ਕੇ ਕੀਤਾ ਗਿਆ। ਤਾਂ ਅੰਮ੍ਰਿਤਸਰ ਦੇ ਪਿੰਡ ਜਹਾਂਗੀਰ ਦਾ ਇਹ ਮਾਮਲਾ ਜਿਹੜਾ ਉਹ ਦੱਸਿਆ ਜਾ ਰਿਹਾ, ਜਿੱਥੇ ਦੇਰ ਰਾਤ ਘਰ ਦੇ ਵਿੱਚ ਵੜ ਕੇ ਇੱਕ ਮੁੰਡੇ ਦਾ ਕਤਲ ਹੈ ਜਿਹੜਾ ਉਹ ਕੀਤਾ ਗਿਆ। ਤਾਂ ਪਿੰਡ ਦੇ ਬੰਦੇ ਦੇ ਵੱਲੋਂ ਹੀ ਇਸ ਵੱਡੀ ਵਾਰਦਾਤ ਨੂੰ ਅੰਜਾਮ ਆ ਉਹ ਜਿਹੜਾ ਦਿੱਤਾ ਗਿਆ। ਤਾਂ ਪੁਰਾਣੀ ਰੰਜਿਸ਼ ਦਾ ਇਹ ਮਾਮਲਾ ਦੱਸਿਆ ਜਾ ਰਿਹਾ, ਇਹਨਾਂ ਦੋਵਾਂ ਦੇ ਵਿੱਚ ਕੋਈ ਪੁਰਾਣੀ ਰੰਜਿਸ਼ ਸੀ, ਤਕਰਾਰ ਸੀ। ਤਾਂ ਤਕਰਾਰ ਇੰਨਾ ਜ਼ਿਆਦਾ ਵੱਧ ਗਿਆ ਕਿ ਇਸ ਬੰਦੇ ਦੇ ਵੱਲੋਂ ਉਸਨੂੰ ਮੌਤ ਦੀ ਘਾਟ ਆ ਜਿਹੜੀ ਉਹ ਉਤਾਰ ਦਿੱਤਾ ਗਿਆ। ਤਾਂ ਦੱਸਿਆ ਜਾ ਰਿਹਾ ਕਿ ਇਹ ਜਿਹੜਾ ਹਮਲਾਵਰ ਸੀ ਉਹ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਸੀ, ਜਿਹੜਾ ਕਿ ਦੇਰ ਰਾਤ ਮ੍ਰਿਤਕ ਦੇ ਘਰ ਦੇ ਅੰਦਰ ਦਾਖਲ ਹੋਇਆ। ਦਾਖਲ ਹੋ ਕੇ ਉਸਦੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਦਾ। ਤਾਂ ਕੁੱਟਮਾਰ ਤੋਂ ਬਾਅਦ ਉਸਦੀ ਮੌਤ ਆ ਜਿਹੜੀ ਉਹ ਹੋ ਜਾਂਦੀ ਹੈ। ਤਾਂ ਜਹਾਂਗੀਰ ਪਿੰਡ ਦਾ ਇਹ ਮਾਮਲਾ ਦੱਸਿਆ ਜਾ ਰਿਹਾ, ਜਿੱਥੇ ਪੁਰਾਣੀ ਰੰਜਿਸ਼ ਦੇ ਚੱਲਦੇ ਇੱਕ ਮੁੰਡੇ ਦਾ ਕਤਲ ਆ ਜਿਹੜਾ ਉਹ ਕੀਤਾ ਗਿਆ। ਤਾਂ ਪਹਿਲਾਂ ਵੀ ਇਹਨਾਂ ਦੇ ਵਿੱਚ ਕਈ ਵਾਰ ਤਕਰਾਰ ਹੋਇਆ, ਕਈ ਵਾਰ ਪਿੰਡ ਦੇ ਵਿੱਚ ਇਹਨਾਂ ਦਾ ਰਾਜ਼ੀਨਾਮਾ ਜਿਹੜਾ ਉਹ ਕਰਵਾਇਆ ਜਾਂਦਾ, ਪਰ ਤਕਰਾਰ ਇੰਨੀ ਜ਼ਿਆਦਾ ਵੱਧ ਜਾਂਦੀ ਆ ਕਿ ਇਸ ਵਿਅਕਤੀ ਦੇ ਵੱਲੋਂ ਉਸਦੇ ਘਰ ਅੰਦਰ ਵੜ ਕੇ ਉਸਦਾ ਕਤਲ ਆ ਜਿਹੜਾ ਮ੍ਰਿਤਕ ਦਾ ਕਰ ਦਿੱਤਾ ਜਾਂਦਾ। ਤਾਂ ਪਰਿਵਾਰਕ ਮੈਂਬਰਾਂ ਦਾ ਹਾਲ ਤੁਸੀਂ ਦੇਖ ਸਕਦੇ ਹੋ ਕਿ ਪਰਿਵਾਰਕ ਮੈਂਬਰ ਨੇ ਜਿਹੜੇ ਉਹ ਰੋ ਰੋ ਕੇ ਬੇਹਾਲ ਹੋਏ ਵੇ ਨੇ, ਰੋ ਰੋ ਕੇ ਉਹਨਾਂ ਦਾ ਬੁਰਾ ਹਾਲ ਆ ਜਿਹੜਾ ਹੋਇਆ ਵਾ, ਅੱਖਾਂ ਦੇ ਵਿੱਚੋਂ ਹੰਝੂ ਨੇ ਜਿਹੜੇ ਉਹ ਨਹੀਂ ਰੁਕ ਰਹੇ, ਕਿਉਂਕਿ ਘਰ ਦਾ ਇਕਲੌਤਾ ਇਹ ਪੁੱਤਰ ਸੀ ਜਿਸ ਨੂੰ ਮੌਤ ਦੀ ਘਾਟ ਆ ਜਿਹੜੀ ਉਹ ਉਤਾਰ ਦਿੱਤਾ ਗਿਆ। ਤਾਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਨਸਾਫ ਦੀ ਮੰਗ ਹੈ ਜਿਹੜੀ ਉਹ ਕੀਤੀ ਜਾ ਰਹੀ ਆ। ਤਾਂ ਮੌਕੇ ਦੇ ਉੱਪਰ ਪੁਲਿਸ ਆ ਜਿਹੜੀ ਉਹ ਵੀ ਪਹੁੰਚ ਗਈ ਆ। ਤਾਂ ਪੁਲਿਸ ਦੇ ਵੱਲੋਂ ਪੂਰੇ ਮਾਮਲੇ ਦੀ ਹੁਣ ਜਾਂਚ ਆ ਜਿਹੜੀ ਉਹ ਕੀਤੀ ਜਾ ਰਹੀ ਆ। ਤਾਂ ਪਿੰਡ ਦੇ ਹੀ ਇੱਕ ਬੰਦੇ ਦੇ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਆ ਜਿਹੜਾ ਉਹ ਦਿੱਤਾ ਗਿਆ, ਜਿੱਥੇ ਇੱਕ ਮੁੰਡੇ ਦਾ ਘਰ ਦੇ ਵਿੱਚ ਵੜ ਕੇ ਕਤਲ ਛੜਾਓ ਕੀਤਾ ਗਿਆ। ਤਾਂ ਪੁਰਾਣੀ ਰੰਜਿਸ਼ ਦਾ ਮਾਮਲਾ ਇਹ ਦੱਸਿਆ ਜਾ ਰਿਹਾ। ਪੁਰਾਣੀ ਰੰਜਿਸ਼ ਨੂੰ ਲੈ ਕੇ ਇਹਨਾਂ ਦੇ ਵਿੱਚ ਕਾਫੀ ਵਾਰ ਤਕਰਾਰ ਹੋਇਆ। ਤਕਰਾਰ ਹੋਣ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਕਾਫੀ ਵਾਰ ਇਹਨਾਂ ਦਾ ਰਾਜ਼ੀਨਾਮਾ ਜਿਹੜਾ ਉਹ ਵੀ ਕਰਵਾਇਆ, ਪਰ ਰੰਜਿਸ਼ ਇੰਨੀ ਜ਼ਿਆਦਾ ਵੱਧ ਗਈ ਕਿ ਇਸ ਹਮਲਾਵਰ ਦੇ ਵੱਲੋਂ ਉਸਦੇ ਘਰ ਦੇ ਅੰਦਰ ਦਾਖਲ ਹੋਇਆ ਜਾਂਦਾ। ਦਾਖਲ ਹੋਣ ਤੋਂ ਬਾਅਦ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਜਿਹੜੀ ਉਹ ਕੀਤੀ ਜਾਂਦੀ ਹੈ। ਤਾਂ ਇੰਨੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਕਿ ਉਸਦੇ ਸਾਹ ਨੇ ਜਿਹੜੇ ਉਹ ਸੁੱਕ ਜਾਂਦੇ ਨੇ। ਤਾਂ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਆ ਜਿਹੜਾ ਉਹ ਹੋਇਆ ਵਾ। ਤਾਂ ਪਰਿਵਾਰਕ ਮੈਂਬਰ ਇਨਸਾਫ ਦੀ ਗੁਹਾਰ ਆ ਜਿਹੜੀ ਉਹ ਲਗਾ ਰਹੇ ਨੇ।